ਸਾਡੇ ਵਾਸਤੇ ਲੜਦਾ ਪਿਆ, ਸਿਰਫ ਮੀਆਂ ਵਾਲੇ ਵਾਸਤੇ ਨਹੀਂ ਪੂਰੀ ਕੌਮ ਵਾਸਤੇ ਲੜਦਾ ਪਿਆ। ਅੱਲਾ ਜਲੇ ਸ਼ਾਨ ਉਸਕੋ ਹਿੰਮਤ ਦੇਵੇ, ਤਾਕਤ ਦੇਵੇ, ਜ਼ਿੰਦਗੀ ਦੇਵੇ, ਔਰ ਅਸਾਂ ਉਸਦੇ ਬਾਜ਼ੂ ਬਣ ਕੇ ਹਮੇਸ਼ਾ ਉਹਦੇ ਨਾਲ ਕਾਇਮ ਉਹ ਦਾਇਮ ਰਹੋ। ਇਨਸ਼ਾਅੱਲਾ ਉਹ ਵਜ਼ੀਰ ਆਜ਼ਮ ਬਣਸੀ ਤਾਂ ਸਾਡੇ ਮੁਲਕ ਦੀ ਤਕਦੀਰ ਬਦਲ ਗਈ ਸੀ ਔਰ ਅਸਾਂ ਤਰੱਕੀ ਯਾਫਤਾ ਕੌਮ ਚ ਸ਼ੁਮਾਰ ਕੀਤੇ। ਅਤੇ ਮੈਂ ਇਮਰਾਨ ਖਾਨ ਦਾ ਸਾਥ ਕਿਉਂ ਦਿੱਤਾ ਸਰ, ਜਿਸ ਤਰ੍ਹਾਂ ਅਲੀ ਖਾਨ ਸਾਹਿਬ ਫਰਮਾਉਂਦੇ ਹਨ, ਮੇਰੀ ਇਹ ਵਜ੍ਹਾ ਹੈ ਕਿ ਇੱਥੋਂ ਤੋਂ 5:30 ਸਾਲ ਵੇਲੇ ਦੌੜਾਂ ਹੁੰਦੇ ਫੀਸਾ ਕੈਦ ਵੀ ਗਾਇਆ ਅੱਜ ਬਾਈ ਤੈਨੂੰ ਲੈ ਕੇ ਜਾਣਾ ਹੈ ਮੀਆਂ ਵਾਲੇ। ਉਸਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਸੋਹਣੀ ਜਿਹੀ ਸ਼ੇਰ ਮੀਆਂ ਲਿਖੇ ਨਾਲ, ਉਹਦਾ ਮਤਲਬ ਇਹ ਹੈ ਕਿ ਮੈਂ ਹਰ ਖੂਬਸੂਰਤ ਸ਼ੇਰ ਮੀਆਂ ਲਿਖੇ ਨਾਲ ਮੇਰੇ ਦਿਲ ਆਖਦੇ, ਮੇਰਾ ਇਮਾਨ ਆਖਦੇ, ਗੋ ਮੈਂ ਸਿਆਸੀ ਆਦਮੀ ਨਹੀਂ ਹਾਂ, ਮੈਂ ਸਿੱਧਾ ਸਾਦਾ ਫਕੀਰ ਆਦਮੀ ਹਾਂ, ਇੱਕ ਸਿਆਸਤ ਕਰਨੀ ਆਉਂਦੀ ਨਹੀਂ। ਹੁਣ ਵੀ ਬੜੇ ਦੋਸਤਾਂ ਦੇ ਉਹਨਾਂ ਦੇ ਵਿੱਚ ਅਹਿਮਦ ਜਮਾਲ ਵੀ ਸ਼ਾਮਿਲ ਹੈ, ਬੜਾ ਜ਼ੋਰ ਲਾਇਆ ਪਹਿਲਾਂ ਵਾਲਾ ਟਿਕਟ ਗਿਆ, ਮੈਂ ਆਖਾਂ ਮੈਂ ਟਿਕਟ ਤੇ ਰਿਹਾ, ਮੇਰੇ ਵਾਸਤੇ ਵਾਜਾ ਤਾਂ ਬਲਾ ਠੀਕ। ਮਤਲਬ ਤਾਂ ਇਸ ਕੌਮ ਦੀ ਖਿਦਮਤ ਹੈ, ਉਹ ਕਿਸੇ ਰੰਗ 'ਚ ਹੀ ਕਰੋ। ਅੱਲਾ ਤਾਲਾ ਮੇਰੇ ਕੋ ਹਿੰਮਤ ਦੇਵੇ, ਤਾਕਤ ਦੇਵੇ, ਮੈਂ ਤੁਹਾਡੀ ਖਿਦਮਤ ਕਰ ਸਕਦਾ। ਬਬਲੀ ਖਾਨ ਮੇਰਾ ਭਰਾ ਹੈ, ਮੇਰਾ ਦੋਸਤ ਹੈ, ਮੇਰਾ ਸੱਜਣ ਹੈ, ਮੈਂ ਇਸਦੇ ਕੰਨ ਵੀ ਮਰੋੜ ਸਕਦਾ, ਇਸ ਤੋਂ 5-6 ਦਿਹਾੜੇ ਮੈਂ ਵੱਡਾ, 5-6 ਦਿਹਾੜੇ ਜ਼ਿਆਦਾ ਨਹੀਂ, ਮੇਰੇ ਬਬਲੀ ਖਾਨ ਬਜ਼ੁਰਗ ਬਣਾਈ ਖਲਾਈ ਇਹਦੇ ਵੀ ਮੈਂ ਨਹੀਂ। ਬਹਰਹਾਲ ਅੱਲਾ ਤੁਹਾਨੂੰ ਸਲਾਮਤ ਰੱਖੇ, ਤੁਸੀਂ ਇਸ ਮੁਹੱਬਤ ਦਾ ਇਜ਼ਹਾਰ ਕੀਤਾ, ਇਸ ਖੂਬਸੂਰਤ ਤਰੀਕੇ ਨਾਲ ਸਾਕੂ ਤੁਸੀਂ ਵੈਲਕਮ ਕੀਤਾ, ਅੱਲਾ ਤੁਹਾਨੂੰ ਹੱਸਦਾ ਵਸਦਾ ਰੱਖੇ। ਸ਼ਾਕਰ ਸ਼ੁਜਾਵਾਦੀ ਜਦੋਂ ਮਿਸਰੇ ਤੁਹਾਡੀ ਨਜ਼ਰ ਕਰਸਾਂ ਕਿ ਸਾਡਾ ਮੁਲਕ ਹੀ ਸ਼ੀਸ਼ੇ ਦਾ ਸ਼ਾਕਿਰ, ਸੋਹਣਾ ਪਾਕਿਸਤਾਨ, ਸੋਹਣਾ ਮੀਆਂ ਵਾਲੀ, ਸਾਡਾ ਮੁਲਕ ਹੀ ਸ਼ੀਸ਼ੇ ਦਾ ਸ਼ਾਕਿਰ, ਅਫਸੋਸ ਲੋਹਾਰ ਦੇ ਹੱਥ ਆ ਗਿਆ। ਅੱਲਾ ਇਹਨਾਂ ਲੋਹਾਰਾਂ ਤੋਂ ਸਾਡੀ ਜਾਨ ਛੁਡਾਵੇ ਅਤੇ ਉਹਨਾਂ ਦੇ ਚਮਚਾ ਤੋਂ ਸਾਡੀ ਜਾਨ ਛੁਡਾਵੇ। ਉਹ ਲੋਕ ਜਿਹੜੇ ਅੱਜ ਇਸ ਜਲਸੇ ਦੇ ਵਿੱਚ, ਇਸ ਕਾਰਨਲ ਮੀਟਿੰਗ ਦੇ ਵਿੱਚ ਨਹੀਂ ਆ ਸਕੇ, ਉਹਨਾਂ ਵਾਸਤੇ ਇੱਕ ਮੈਸੇਜ ਹੈ, ਜਿਤਨੇ ਵਿਆਹ ਮੇਰੇ ਇੱਥੇ ਖਲੋਤੇ ਉਹਨਾਂ ਤੱਕ ਜ਼ਰੂਰ ਪਹੁੰਚਾਉਣ ਕਿ ਉਹ ਉਹਨਾਂ ਜਿਤਨਾ ਮੁਲਕ ਨੂੰ ਲੁੱਟਿਆ ਅਸਾਂ ਬਰਦਾਸ਼ਤ ਕੀਤਾ, ਉਹਨਾਂ ਸਾਡੀਆਂ ਇੱਜ਼ਤਾਂ ਬਰਬਾਦ ਕੀਤੀਆਂ ਨੇ ਅਸਾਂ ਬਰਦਾਸ਼ਤ ਕੀਤਾ, ਉਹਨਾਂ ਸਾਡੀਆਂ ਭੈਣਾਂ ਮਾਵਾਂ ਦਾ ਕਤਲ ਕੀਤਾ ਹੈ ਅਸਾਂ ਬਰਦਾਸ਼ਤ ਕੀਤਾ, ਸਾਡੀ ਧੀਆਂ ਭੈਣਾਂ ਦਾ ਰੇਪ ਕੀਤਾ ਉਹਨਾਂ ਅਸਾਂ ਬਰਦਾਸ਼ਤ ਕੀਤਾ, ਲੇਕਿਨ ਤੌਹੀਨ ਰਸਾਲਤ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਜਿਹੜੀ ਸਰਵਰੇ ਕਾਇਨਾਤ ਸਰਕਾਰੇ ਦੋ ਜਹਾਨ ਦੀ ਤੌਹੀਨ ਦਾ ਕਾਨੂੰਨ ਬਿੱਲ ਪਾਸ ਕੀਤਾ ਉਹ ਮਾਫ਼ ਨਾ ਕਰ ਸੂ, ਔਰ ਵੰਜਾਰੀ ਦੇ ਰਹਿਣ ਵਾਲੇ ਉਸ ਕਾਨੂੰਨ ਪਾਸ ਨਾ ਕਰੋ ਤੇ ਗਹਿਣਿਆਂ ਦੇ ਦਸਖਤ ਹਨ, ਉਹਨਾਂ ਦੇ ਵਿੱਚ ਇਹ ਹਜ਼ਰਾਤ ਵੀ ਸ਼ਾਮਿਲ ਹਨ, ਮੈਂ ਨਾ ਗਿਣ ਕੇ ਆਪਣੀ ਜ਼ੁਬਾਨ ਖਰਾਬ ਨਹੀਂ ਕਰਨਾ ਚਾਹੁੰਦਾ, ਜਿਹੜੇ ਉਹਨਾਂ ਕੋਲ ਵੋਟ ਗਏ ਸਨ। ਇਸਦਾ ਮਤਲਬ ਇਹ ਉਹ ਤੌਹੀਨ ਰਸਾਲਤ ਦੇ ਮੁਰਤਕਬ ਹੋ ਰਹੇ ਅਤੇ ਉਹ ਮੁਸਲਮਾਨ ਨਹੀਂ ਹੋ ਸਕਦਾ ਕੋਈ ਹੋਰ। ਅੱਲਾ ਤੁਹਾਡਾ ਹਮ ਨਾਸਿਰ ਹੋਵੇ। ਅੱਲਾ ਹਾਫਿਜ਼।